ਇਰਦਿ ਜਿਗਰੀ ਗੈਰਤ ਦਾ ਅਸਲੀ ਮਰਕਜ਼ ਸਜਾ ਦੇ ਕਰਬਲ ਤੋਂ ਗਿਣ ਕੇ ਸ਼ਾਮ ਤਾਈਂ ਕੀਤਾ ਸਫ਼ਰ ਸ਼ਿਮਰ ਦੇ ਨਾਲ ਕੀਤਾ ਸਫ਼ਰ ਸ਼ਿਮਰ ਦੇ ਨਾਲ ਰੋਂਦੀ ਕਿਹੜੀ ਗੱਲ ਹੈ ਇਮਾਮ ਸਜਾਦ ਖੂਨ ਕਿਉਂ ਰੁਣਾ ਹੈ ਅਰਮਾਨ ਕਿਹੜੀ ਗੱਲ ਦਾ ਵੈਣ ਮੈਂ ਪੜ੍ਹਨਾ ਹੈ ਹਾਏ ਤੁਸਾਂ ਕਰਨੀ ਹੈ ਰੋਂਦੀ ਕਿਉਂ ਵਧੀ ਏਸ਼ੀਆ ਕੌਮ ਕਰੋੜਾਂ ਦਾ ਖਰਚਾ ਕਰਕੇ ਮਜਲਸਾਂ ਕਿਉਂ ਕਰਵੈਨੇ ਆ ਜ਼ਮਾਨੇ ਨੂੰ ਦੱਸਣਾ ਚਾਹੁੰਦੇ ਹਾਂ ਜੋ ਦੁੱਖ ਸਾਦਾ ਦੇ ਕਿਹੜੇ ਆਏ ਨਾ ਮੈਂ ਪਿਆਰ ਦਾ ਜਿਹੜਾ ਰਾਹ ਸਾਰੇ ਵਿੱਚ ਚੁਮਦਾਰੀ ਹੈ ਹੱਥ ਭੈਣ ਦਰਸੀਆਂ ਵਾਲ ਰੋਂਦੇ ਕਿਉਂ ਵਧੇ ਆਏ ਫਟ ਜਿਗਰ ਗਿਆ ਹੈ ਜਦਾ ਫੁੱਫੀਆਂ ਨੇ ਕਿਦਾ ਚਾਦ ਰਖਾ ਹੁਸੈਨ ਦੀ ਮਾਂ ਤੁਹਾਡੀਆਂ ਮਕਾਨਾਂ ਕਬੂਲ ਜਿਨ੍ਹਾਂ ਕਰਾਂ ਬਾਪ ਰੋਣ ਵਾਲੇ ਦਾ ਦਾਰਾਂ ਕੋਈ ਵਸ ਲੱਗਿਆ ਖੂਨ ਨਹੀਂ ਰੋਂਦਾ ਜਮਲੇ ਦੇ ਬਾਅਦ ਪਤਾ ਲੱਗ ਜਾਣਾ ਮੈਂ ਸੱਜੋ ਦਾਵਾਂ ਅਦਾਦਾਰ ਫਿਰਾ ਆਇਆ ਦਾ ਸਹੀ ਅਦਾਦਾ ਵਸ ਲੱਗਿਆ ਤਾਂ ਕੋਈ ਪਾਣੀ ਵੀ ਨਹੀਂ ਰੋਂਦਾ ਜਿਨ੍ਹਾਂ ਦੇ ਘਰ 'ਚ ਬਹਿਣਾ ਮੌਜੂਦ ਹਨ ਯਾਰ ਅਰਮਾਨ ਕਿਹੜੀ ਗੱਲ ਦਾ ਜਿਤਨੇ ਬਹਿਣਾ ਦੇ ਨਾਲ ਹੁਣ ਮਜਲਿਸ 'ਚ ਆਇਓ ਮੇਰਾ ਯਕੀਨ ਹੈ ਯਾਰ ਤੁਹਾਡੇ ਨਾਲ ਅਗਰ ਬਹਿਣ ਹੋਵੇ ਤੁਹਾਡੇ ਨਾਲ ਅਗਰ ਤੁਹਾਡੀ ਮਾਂ ਹੋਵੇ ਮੈਂ ਜੁਮਲਾ ਪੜ੍ਹ ਦੇਣਾ ਚਾਚਾ ਰੋਣ ਵਾਲੇ ਅਦਾਦਾਰੋਂ ਗੱਲ ਸਮਝਾਉਣਾ ਚਾਹੁੰਦਾ ਜਿਨ੍ਹਾਂ ਦੀ ਆਏ ਨਹੀਂ ਨਿਕਲੀ ਤਾਂ ਕਿ ਉਹਨਾਂ ਦੀ ਆਏ ਬੁਲੰਦ ਹੋਵੇ ਤਾਂ ਮੈਂ ਵਹਿਣ ਪੜ੍ਹ ਦੇਵਾਂ ਰੋਣ ਵਾਲੇ ਅਦਾਦਾਰੋਂ ਜੇ ਮਾਂ ਜਾਂ ਬਹਿਣ ਸਾਡੇ ਨਾਲ ਹੋਵੇ ਇਸੇ ਬਾਜ਼ਾਰ ਦੇ ਵਿੱਚ ਬੰਦਾ ਮਜਲਿਸ 'ਚ ਹੀ ਆਉਂਦਾ ਪਿਆ ਹੋਵੇ ਰਾਹ 'ਤੇ ਬੰਦਾ ਅਗਰ ਕੋਈ ਵਾਕਫ ਹੀ ਹੋਵੇ ਉਹ ਸ਼ਰਮ ਮਹਿਸੂਸ ਕਰਦਾ ਜੋ ਮੈਂ ਨਾ ਬੁਲਾਵਾਂ ਇਹਦੇ ਨਾਲ ਦੀ ਬਹਿਣ ਮੈਂ ਪਿਆਰ ਦਾ ਜਿਹੜਾ ਰਾਹ ਸਾਰੇ ਵਿੱਚ ਚੁਮਦਾਰੀ ਹੈ ਹੱਥ ਭੈਣ ਦੇ ਰਸੀਆਂ ਰੋਂਦੇ ਕਿਉਂ ਵਧੇ ਆਏ ਫਟ ਜਿਗਰ ਗਿਆ ਸਦਕੇ ਹੋ ਜਾਵਾਂ ਮੈਂ ਸਦਕੇ ਹੋ ਜਾਵਾਂ ਮੈਂ ਸਦਕੇ ਹੋ ਜਾਵਾਂ ਹੁਸੈਨ ਦੀ ਮਾਂ ਤੁਹਾਡੀਆਂ ਸੋਹਣੀਆਂ ਮਕਾਨਾਂ ਕਬੂਲ ਔਰ ਮਨਜ਼ੂਰ ਫਰਮਾਏ ਧੀਆਂ ਅਲੀ ਦੀਆਂ ਉਮਰ ਸਦਕੇ ਹੋ ਜਾਵਾਂ ਸ਼ਬੀਰ ਦੀ ਜਿਗਰੀ ਗੈਰਤ ਦਾ ਅਸਲੀ ਮਰਕਜ਼ ਸਜਾ ਦੇ ਕਰਬਲ ਤੋਂ ਗਿਣ ਕੇ ਸ਼ਾਮ ਤਾਈਂ ਕੀਤਾ ਸਫ਼ਰ ਸ਼ਿਮਰ ਦੇ ਨਾਲੇ ਕੀਤਾ ਸਫ਼ਰ ਸ਼ਿਮਰ ਦੇ ਨਾਲੇ ਕੋਈ ਤਾਂ ਫਿਰਾ ਬੈਠਾ ਉਸੀ ਮਜਲਿਸ 'ਚ ਮੈਨੂੰ ਇੱਕ ਗੱਲ ਦਾ ਜਵਾਬ ਦੇਵੇ ਸ਼ਾਲਾ ਕਹਿ ਫਿਰਾ ਦੇਵੇ ਦਿਆਂ ਕੋਈ ਉਹਦੀ ਭੈਣ ਨੂੰ ਨਾ ਮਾਰੇ ਮੈਂ ਪਿਆਰ ਦਾ ਜਿਹੜਾ ਰਾਹ ਸਾਰੇ ਵਿੱਚ ਚੁੰਮਦਾਰੀ
ਆਏ ਹੱਥ ਭੈਣ ਦੇ ਰਸੀਆਂ ਵਾਲੇ ਫੱਟ ਚ ਗਰ ਗਿਆ ਜਦਾਂ ਫੁੱਫੀਆਂ ਨੇ ਉਹ ਕੀਤਾ ਚਾਦਰਾਂ ਕਾਣ ਹੁਸੈਨ ਦੀ ਮਾਂ ਤੁਹਾਡੀਆਂ ਸੋਹਣੀਆਂ ਮੁਕਾਣਾ ਕਬੂਲ ਫਰਮਾਏ ਹੁਕਮਈ ਬਾਦਸ਼ਾਹਾਂ ਦਾ ਤਾਮੀਲ ਹੋ ਗਈ ਤੁਹਾਡੇ ਚਿਹਰਿਆਂ ਦੀ ਜ਼ਿਆਰਤ ਹੋ ਗਈ ਗਾਰੇ ਵਤਨੇ ਹਾਜ਼ਰੀ ਮਕਸਦ ਲਈ ਅਗਰ ਮੈਂ ਇੱਥੇ ਵੀ ਛੋੜ ਦਿੰਦਾ ਹਾਜ਼ਰੀ ਮੁਕੰਮਲ ਲਈ ਲੇਕਿਨ ਤਾਮੀਲ ਦੀ ਖਾਤਰ ਬਜ਼ੁਰਗੋ ਬਾਈਓ ਤਕਦੀਰ ਅਲੀ ਦੀਆਂ ਦੀਆਂ ਨੂੰ ਉੱਥੇ ਲੈ ਆਈ ਜਿੱਥੇ ਆਉਣ ਦੇ ਲਾਇਕ ਨਾ ਮੇਰੇ ਤੋਂ ਪਹਿਲੇ ਵਾਜਬ ਅਲ ਇਹਤਰਾਮ ਜ਼ਵਾਰਾ ਜੀ ਮਲਕ ਰਜ਼ਾ ਖੋਖਰ ਸਾਹਿਬ ਕਮਾਲ ਜੁਮਲੇ ਪੜ੍ਹੇ ਸਾਦਾਤ ਦੀ ਇੱਜ਼ਤ ਪੜ੍ਹੀ ਦੋ ਦਿਹਾੜੇ ਪਹਿਲੇ ਮੈਂ ਪਾਕ ਸੈਯਦਾਂ ਦਾ ਸਲਾਮ ਕਰਕੇ ਆਇਆ ਬਾ ਖੁਦਾ ਅੱਜ ਵੀ ਰਸੂਲ ਦੀ ਧੀ ਬੜੀ ਮਜ਼ਲੂਮ ਮੈਂ ਸਦਕੇ ਹੋ ਜਾਵਾਂ ਦਈਆਂ ਅਲੀ ਦੀਆਂ ਰਾਜ਼ੀ ਹੋਵਾਂ ਪਾਕ ਸਹਿਣ ਦੇ ਦਰ ਤੇ ਗਿਆ ਹਰ ਮੋਮਨ ਵਾਸਤੇ ਦੁਆ ਕੀਤੀ ਜੋ ਮਾਲਕ ਤੁਹਾਨੂੰ ਵੀ ਉਹ ਜਾਵਾਂ ਵੀ ਖਾ ਲਏ ਭੈਣ ਬਿਰਾ ਕੋਲੋਂ ਖੈਰਾਤ ਬਿਨ ਕੇ ਇੱਕ ਖੈਰਾਤ ਮੰਗੀ ਆਈ ਭੈਣ ਬਿਰਾ ਕੋਲੋਂ ਅਰਜ਼ਾ ਕਰਦੀ ਇਨਫਰਾਦੀਅਤ ਹੁੰਦੀ ਐਸਾ ਮਜ਼ਮੂਨ ਸੈਯਦਾ ਨੇ ਅਤਾ ਕੀਤਾ ਜਿਹੜਾ ਜ਼ਾਕਰੀ ਦੁਨੀਆ 'ਚ ਮੈਂ ਪਹਿਲੀ ਦਫ਼ਾ ਮਿੰਬਰ ਤੋਂ ਤਲਾਵਤ ਕਰਨ ਲੱਗਾ ਤਫਸੀਲ ਨਾਲ ਫਿਰ ਕਦੀ ਪੜ੍ਹਸਾਂ ਇੱਥਾਂ ਹੀ ਕਰੀਬ ਆਉਣਾ ਚਾਹੁੰਦਾ ਮਜ਼ਲੂਮ ਦੀ ਗੁਰਬਤ 'ਤੇ ਰੋਣ ਵਾਲੇ ਹੋ ਜਿਹੜੀਆਂ ਅਲੀ ਦੀਆਂ ਦਹੀਆਂ ਚਾਦਰਾਂ ਵੰਡਦੀਆਂ ਰਹੀਆਂ ਤਫਸੀਲ ਦਾ ਵਕਤ ਨਹੀਂ ਹੈ ਨਾ ਮੇਰੇ ਕੋਲ ਜੋ ਮੈਂ ਤਫਸੀਲ ਨਾਲ ਪੜ੍ਹਦਾ ਮਜ਼ਲੂਮ ਦੀ ਗੁਰਬਤ 'ਤੇ ਰੋਣ ਵਾਲੇ ਹੋ ਬਜ਼ੁਰਗ ਪੜ੍ਹਦੇ ਆਉਂਦੇ ਹਨ ਸ਼ਾਮ ਦੇ ਬਾਹਰੋਂ ਸ਼ਾਮ ਦੇ ਵੇਲੇ ਆਇਆ ਪੂਰ ਸ਼ਰੀਫ ਮਲਾ ਦਾ ਸਤਿਕਾਰ ਸਵਾ ਲੱਖ ਮਜਮਾਸ਼ ਦੇ ਮਜਮੇ ਵਿੱਚ ਸਾਹ ਰੁਕ ਗਿਆ ਆਉਣ ਦੀ ਮਾਰ ਯਕਮ ਸਫ਼ਰ ਕਾਰਵਾਨੇ ਤੋਂ ਈਦ ਜਿਸ ਵੇਲੇ ਦਾਖਲ ਹੁੰਦਾ ਕਈ ਬਾਜ਼ਾਰ 'ਚ ਇਸ ਬਾਜ਼ਾਰ ਦੇ ਅੰਦਰ ਇੱਕ ਖਾਤੂਨ ਨੇ ਜਿਹਦਾ ਨਾਮ ਨਾਸਰ ਹੈ ਕਿਤਾਬ ਲਿਖਦੇ ਜਿਸ ਵੇਲੇ ਨਾਸਰਾ ਗੁਰਬਤ 'ਚ ਆਈ ਨਾ ਅਤੇ ਸਾਦਾ ਦੇ ਬੂਹੇ 'ਤੇ ਗਈ ਆਈ ਪਹਿਲ ਮੈਂ ਫਿਰ ਕਦੀ ਪੜ੍ਹਸਾਂ ਜੋ ਇਹ ਕਿਵੇਂ ਗਈ ਕਿਸ ਅੰਦਾਜ਼ 'ਚ ਗਈ ਕਦਣ ਗਈ ਹਿਜਰੀ ਕਿਹੜੀ ਆਈ ਮੈਂ ਕਿਉਂਕਿ ਵਕਤ ਨਹੀਂ ਇਤਨਾ ਅਤੇ ਮੈਂ ਕਰੀਬ ਆਉਣਾ ਚਾਹੁੰਦਾ ਕਿ ਮਜ਼ਲੂਮ ਦੇ ਮਦਾਖਾਨਾ ਦੀ ਢੇਰ ਕਸੀਰ ਤਾਦਾਦ ਮੌਜੂਦ ਹੈ ਲੰਬਾ ਪੜ੍ਹਨਾ ਬਣਦਾ ਵੀ ਨਹੀਂ ਹੈ ਮਜ਼ਲੂਮ ਦੀ ਗੁਰਬਤ 'ਤੇ ਰੋਣ ਵਾਲੇ ਹੋ ਜਿੱਦਾਂ ਇਹ ਗੁਰਬਤ 'ਤੇ ਚਾਈ ਨਾ ਅਤੇ ਸਾਦਾਤ ਦੇ ਬੂਹੇ 'ਤੇ ਗਈ ਆਈ ਅਤੇ ਅਲੀ ਦੀ ਧੀ ਇਸ ਨੂੰ ਚਾਦਰਾਂ ਦਿੱਤੀਆਂ ਸੈਣ ਪਾਕ ਅਸਗਰ ਦੀ ਮਾਂ ਇਸ ਨੂੰ ਚਾਦਰਾਂ ਦਿੱਤੀਆਂ ਯਮਨੀ ਚਾਦਰਾਂ ਕੰਨਾਂ ਦੇ ਦੁਰ ਲਹਾ ਕੇ ਦਿੱਤੇ ਅਤੇ ਬੀਬੀ ਪਾਕ ਇਸ ਨੂੰ ਫਰਮਾਇਆ ਹੀ ਵੀ ਤੂੰ ਜਾ ਕੇ ਸ਼ਾਮ ਦੇ ਵਿੱਚ ਸੁਨਾਰ ਦਾ ਕੰਮ ਕਰਨਾ ਯਾਨੀ ਸੋਨੇ ਦਾ
ਤੁਸਾਂ ਮਾਂ ਅਤੇ ਪੁੱਤਰ ਨੇ ਕੰਮ ਕਰਨਾ ਹੈ। ਇਹਦਾ ਪੁੱਤਰ ਫਿਰ ਬੜਾ ਬਹੁਤ ਬੜਾ ਸੁਨਾਰ ਬਣਿਆ ਜੀ, ਜਿਹੜਾ ਸ਼ਾਮ ਵਿੱਚ ਫਿਰ ਸੁਨਾਰੇ ਦੇ ਨਾਂ ਤੋਂ ਮਸ਼ਹੂਰ ਹੋਇਆ। ਮਜ਼ਲੂਮ ਦੀ ਗੁਰਬਤ ਦੇ ਰੋਵਣ ਵਾਲਿਓ, ਜਿਸ ਵੇਲੇ ਬਾਜ਼ਾਰ 'ਚ ਹਰ ਪਾਸੋਂ ਆਵਾਜ਼ ਆਏ ਨਾ ਤਬਲ ਵਜਾਓ ਅੱਜ ਈਦ ਏ, ਮੈਂ ਸਦਕੇ ਹੋ ਜਾਵਾਂ ਤਬਲ ਵਜਾਓ ਅੱਜ ਈਦ ਏ। ਇਹ ਜਿਹੜਾ ਇਹਦਾ ਪੁੱਤਰ ਹੀ ਸੁਨਾਰ ਬਾਜ਼ਾਰ ਦੇ ਵਿੱਚ ਆਏ ਅਤੇ ਹਰ ਕਹਿਣ ਦਾ ਮੋਢਾ ਹਿਲਾ ਕੇ ਦੇ, ਮੈਨ ਕਾਫੀ ਮੁੱਦਤ ਹੋ ਗਈ ਏ, 6 ਸਾਲ ਹੋ ਗਏ ਮੈਂ ਸ਼ਾਮ 'ਚ ਰਹਿ ਰਿਹਾ, ਮੈਂ ਅੱਜ ਤਾਈਂ ਇਹੋ ਜਿਹੀ ਈਦ ਨਹੀਂ ਡਿੱਠੀ। ਇਹ ਈਦ ਜਿਹੜੀ ਗੁਜ਼ਰ ਗਈ ਏ ਉਹ ਤਾਂ ਗੁਜ਼ਰ ਗਈ ਏ, ਅੱਜ ਕਿਹੜੀ ਈਦ ਏ? ਉਹਨਾਂ ਆਖਿਆ ਅੱਜ ਹੁਸੈਨ ਦੀਆਂ ਭੈਣਾਂ, ਉਹਨਾਂ ਆਖਿਆ ਸ਼ਾਮ ਦੇ ਵਿੱਚ ਅੱਜ ਉਸ ਬਾਦਸ਼ਾਹ ਦੀ ਭੈਣ ਪਈ ਆਉਂਦੀ ਏ ਜਿਹੜੀ ਆਪਣੇ ਵਿਹੜੇ ਚੋਂ ਹੀ ਬਾਹਰ ਕਦੀ ਨਹੀਂ ਆਈ। ਇਸ ਬਾਦਸ਼ਾਹ ਨੇ ਸਾਡੇ ਬਾਦਸ਼ਾਹ ਦੇ ਖਿਲਾਫ ਬਗਾਵਤ ਕੀਤੀ, ਇਸ ਵਜ੍ਹਾ ਨਾਲ ਅਸਾਂ ਇਹਦੀਆਂ ਭੈਣਾਂ ਕੈਦ ਕਰ ਲਈਆਂ। ਆਦਾ ਜੰਗ ਹੋਈ ਕਿੱਥੇ ਵੇ? ਆਦਿਨ ਕਰਬਲਾ, ਲਫ਼ਜ਼ ਕਰਬਲਾ ਆਇਆ ਏ, ਆਦਾ ਰੱਬ ਜਾਣੇ ਕੌਣ ਏ। ਜਲਦੀ ਦੇ ਨਾਲ ਆਇਆ ਆਪਣੀ ਮਾਂ ਦੇ ਕੋਲ, ਅੰਮਾ ਬਾਜ਼ਾਰ 'ਚ ਅੱਜ ਕੋਈ ਵੱਖਰਾ ਜਿਹਾ ਜਸ਼ਨ ਏ, ਤੁਸੀਂ ਵੇਖਣਾ ਚਾਹੁੰਦੇ ਹੋ? ਮਾਂ ਸੁਣਿਆ ਅਤੇ ਮਾਂ ਵੇਖ ਕੇ ਕਹਿੰਦੀ ਏ, ਮੇਰਾ ਲਾਲ ਕਿਹੋ ਜਿਹਾ ਜਸ਼ਨ ਏ, ਕੈਸੀ ਈਦ ਏ, ਕੈਸੀ ਖੁਸ਼ੀ ਏ। ਆਦਾ ਅੰਮਾ ਕੋਈ ਪਤਾ ਨਹੀਂ ਕਿਸੇ ਮੁਲਕ ਦੇ ਕੈਦੀ ਨੂੰ, ਕਰਬਲਾ ਦੇ ਵਿੱਚ ਜੰਗ ਹੋਈ ਏ, ਸ਼ਾਮ ਦੇ ਬਾਦਸ਼ਾਹ ਦੇ ਖਿਲਾਫ ਜੰਗ ਹੋਈ ਏ ਅਤੇ ਕੋਈ ਕੈਦੀਆਂ ਦਾ ਕਾਫਲਾ ਆ ਰਿਹਾ ਏ, ਲੋਕ ਤਮਾਸ਼ਾ ਵੇਖਣ ਵਾਸਤੇ ਬਾਜ਼ਾਰ 'ਚ ਆਏ ਹੋਏ ਨਾ, ਮਾਂ ਵੇਖ ਪਈ ਆਦੀ ਏ ਮੇਰਾ ਪੁੱਤਰ ਇਹਨਾਂ ਜਦਾਂ ਵੀ ਉਜਾੜਿਆ ਏ, ਕਿਸੇ ਸ਼ਰੀਫ ਦਾ ਘਰ ਉਜਾੜਿਆ। ਆਇਓ ਮਸਕਿਓ ਇਹਨਾਂ ਜਦਾਂ ਵੀ ਉਜਾੜਿਆ ਏ, ਕਿਸੇ ਸ਼ਰੀਫ ਦਾ ਘਰ ਉਜਾੜਿਆ ਏ। ਮਜ਼ਲੂਮ ਦੀ ਗੁਰਬਤ 'ਤੇ ਰੋਵਣ ਵਾਲਿਓ, ਆਦਾ ਅੰਮਾ ਆਓ ਤਾਂ ਸਹੀ, ਵੇਖੀਏ ਤਾਂ ਸਹੀ, ਜਿੱਥੇ ਸਾਰੇ ਪੇ ਵੇਖਦੇ ਉੱਥੇ ਅਸਾਂ ਵੀ ਵੇਖ ਲੈਂਦੇ ਹਾਂ। ਇਹਦੀ ਮਾਂ ਬਾਜ਼ਾਰ ਦੇ ਅੰਦਰ ਕੁਰਸੀ ਰਖਵਾਈ ਉੱਚੀ ਜਿਹੀ ਜਾ 'ਤੇ, ਨਾਲ ਕਨੀਜ਼ਾਂ ਪੱਖੇ ਜਲਣ ਵਾਲੀਆਂ ਕਰੀਬ। ਰੋਵਣ ਵਾਲੇ ਅਜ਼ਾਦਾਰੋਂ ਇੱਥਾਂ ਹੀ ਵਹਿਣ ਕਰਨਾ ਚਾਹੁੰਦਾ, ਜਿਸ ਵੇਲੇ ਚਾਚਾ ਜੀ ਕਰੀਬ ਆਈਏ ਨਾ ਅਤੇ ਇਹ ਆ ਕੇ ਬਾਜ਼ਾਰ 'ਚ ਬੈਠੀ, ਆਦਿ ਜੋ ਮੈਂ ਡਿੱਠੇ ਰੱਸੀ ਇੱਕ ਆਈ ਗੱਲ ਡੇਰਾਂ, ਮੈਂ ਸਦਕੇ ਹੋ ਜਾਵਾਂ। ਇਸ਼ਾਰਾ ਇਹ ਜੇ ਸਮਝ ਆ ਜਾਵੇ ਤਾਂ, ਇਸ਼ਾਰਾ ਇਹ ਮੈਂ ਇਸ ਵਾਸਤੇ ਪੜਦਾ ਪਿਆ ਤਾਂ ਕਿ ਅੱਗੇ ਮੈਂ ਜਿਸ ਵੇਲੇ ਵਹਿਣ ਸ਼ੁਰੂ ਕਰਾਂ ਤੁਹਾਨੂੰ ਮੇਰੀ ਗੱਲ ਦੀ ਸਮਝ ਆ ਜਾਵੇ। ਆਦਿ ਮੈਂ ਗੌਰ ਨਾਲ ਡਿੱਠੇ, ਇੰਨਾ ਬੀਬੀਆਂ ਦੇ ਵਿੱਚੋਂ ਇੱਕ ਬੀਬੀ ਆਈ ਜਿਹੜੀ ਛਾਂ 'ਤੇ ਨਹੀਂ ਟੁਰਦੀ, ਧੁੱਪ 'ਤੇ ਟੁਰਦੀ ਆਉਂਦੀ ਆ, ਮੈਂ ਸਦਕੇ ਹੋ ਜਾਵਾਂ, ਜਿਹੜੀ ਛਾਂ 'ਤੇ ਨਹੀਂ ਧੁੱਪ 'ਤੇ ਟੁਰਦੀ ਆਉਂਦੀ ਆ। ਆਦਿ ਮੈਂ ਹੈਰਾਨ ਹੋਈ ਹਾਂ ਜਦੋਂ ਮੇਰੀ ਨਿਗਾਹ ਪਈ ਏ ਇੱਕ ਰੱਸੀ ਦੇ ਵਿੱਚ, ਪਿਓ ਪੁੱਤਰ ਕੈਦ ਹਨ, ਰੱਬ ਜਾਣੇ ਕਿੱਡਾ ਵੱਡਾ ਮਜ਼ਲੂਮ ਆਈ, ਪਾਣੀ ਨਹੀਂ ਖੂਨ ਪਿਆ ਰੋਂਦਾ। ਉਹ ਮੈਂ ਸਦਕੇ ਹੋ ਜਾਵਾਂ, ਮੈਂ ਸਦਕੇ ਹੋ ਜਾਵਾਂ, ਧੀਆਂ ਲਈ ਦੀਆਂ ਤੁਹਾਡੀ ਆਏ ਕਬੂਲ ਫਰਮਾਵਨ। ਮਜ਼ਲੂਮ ਦੀ ਗੁਰਬਤ 'ਤੇ ਰੋਵਣ ਵਾਲਿਓ, ਸਿਪਾਹੀਆਂ ਵਾਲੇ ਪਾਸੇ ਇਸ਼ਾਰਾ ਕੀਤਾ, ਸਿਪਾਹੀਆਂ ਦੁਆਰਾ ਰੋਕੋ ਤਾਂ ਸਹੀ, ਮੈਂ ਇਸ ਕਾਫਲੇ ਦੇ ਸਲਾਰ ਨਾਲ ਗੱਲ ਕਰਨਾ ਚਾਹੁੰਦੀ ਹਾਂ ਜੋ ਇਹ ਕੌਣ ਏ। ਇਹਨਾਂ ਕਿਹਾ, ਮਾਈ ਅਸਾਂ ਇਹ ਕਾਫਲਾ ਨਹੀਂ ਰੋਕਣਾ, ਤੂੰ ਇਹ ਸ਼ਾਮ ਦੇ ਬਹੁਤ ਬੜੇ ਸੁਨਾਰ ਦੀ ਮਾਂ, ਸਨ ਕੋਈ ਦੌਲਤ ਦੇ, ਕੋਈ ਖਜ਼ਾਨਾ ਦੇ, ਇਹ ਕੋਈ ਆਮ ਕੈਦੀ ਨਹੀਂ, ਬੜੇ ਵੱਡੇ ਘਰਾਨੇ ਦੇ ਖਾਨਦਾਨ ਦੀਆਂ ਇਹ ਕੈਦਣ ਧੀਆਂ ਬਹਿਣਾ ਅਸੀਂ ਲੈ ਕੇ ਜਾ ਰਹੇ ਹਾਂ, ਇਹਨਾਂ ਨਾਲ ਗੱਲ ਕਰਨੀ ਆ ਅਤੇ ਸਾਨੂੰ ਪੈਸਾ ਚਾਹੀਦਾ। ਪੁੱਤਰ ਕਰੀਬ ਆਇਆ ਏ, ਕਰੀਬ ਆ ਕੇ ਆਦਾ, ਮਾਂ ਪਰੇਸ਼ਾਨ ਨਾ ਹੋ, ਮਦੀਨੇ ਵਾਲੇ ਸਹੀਦਾਂ ਸਾਨੂੰ ਦਿੱਤਾ ਹੀ ਬਹੁ ਹੈ,
ਮੈਂ ਸਦਕੇ ਹੋ ਜਾਵਾਂ। ਕਾਸ਼ ਵਕਤ ਆਉਂਦਾ ਤੇ ਮੈਂ ਤਫਸੀਲ ਨਾਲ ਪੜ੍ਹਦਾ ਨਾ। ਮਜ਼ਲੂਮ ਦੀ ਗੁਰਬਤ ਤੇ ਰੋਣ ਵਾਲੇ ਆਉਂਦੇ, ਅੰਮਾ ਮਦੀਨੇ ਵਾਲੇ ਸੈਦਾਂ ਸਾਡੇ ਤੇ ਤਰਸ ਹੀ ਇਤਨਾ ਕੀਤਾ ਏ, ਅੰਮਾ ਜਿਤਨੇ ਪੈਸੇ ਮੰਗਦੇ ਹੁੰਦੇ ਤੇ ਇਸ ਕੈਦੀ ਨੂੰ ਪੁੱਛ ਤਾਂ ਸਹੀ। ਆਦੀ ਏ ਮੈਂ ਦੌਲਤ ਚਾਹ ਕੇ, ਖਜ਼ਾਨਾ ਚਾਹ ਕੇ ਕੁਝ ਹਿੱਸਾ ਮੈਂ ਉਸ ਸਿਪਾਹੀ ਨੂੰ ਦਿੱਤਾ ਏ। ਆਦੀ ਏ ਜਿਸ ਵੇਲੇ ਮੈਂ ਸਿਪਾਹੀ ਨੂੰ ਦਿੱਤਾ ਏ ਨਾ, ਤੇ ਜਿਹੜਾ ਉਹ ਮੁਹਾਰੀ ਆਈ ਜਿਹੜਾ ਖੂਨ ਵਧਾ ਰੋਂਦਾ ਹਾ, ਉਹ ਮੇਰੇ ਕਰੀਬ ਤੋਂ ਗੁਜ਼ਰ ਗਿਆ ਏ, ਖੂਨ ਰੋਂਦਾ ਹੋਇਆ ਗੁਜ਼ਰਿਆ ਏ। ਆਦੀ ਏ ਜੋ ਮੈਂ ਉਸ ਕੈਦੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਏ, ਪਿੱਛੋਂ ਇੱਕ ਬੀਬੀ ਆਈ ਜਿਹੜੀ ਆਦੀ ਨਾਸਰਾ ਜਿੰਨੀ ਵਧੀਆ ਹੈ ਆਇਓ, ਮੈਂ ਸਦਕੇ ਹੋ ਜਾਵਾਂ, ਮੈਂ ਸਦਕੇ ਹੋ ਜਾਵਾਂ। ਮੇਰੇ ਅੱਲਾ ਸ਼ਾਲ ਗਰੀ ਕੋਈ ਨਾ ਹੋਵੇ ਬਲਾਵੇ, ਜਿਤਨੇ ਅਜ਼ਾਦਾਰ ਸ਼ਮਲੋਂਗੇ ਔਰ ਰੋਣ ਵਾਲੇ ਅਜ਼ਾਦਾਰ ਆਉਣਾ ਸਰਾ ਕਰੀ ਵਾਕਿਆ ਦੀਏ ਕਹਿ ਦੇਣ ਬੇਬੀ ਮੇਰੇ ਨਾਮ ਨੂੰ ਜਾਣਦੀ ਹੈ। ਬੇਬੇ ਫਰਮਾਇਆ ਅੱਜ ਤੂੰ ਨਹੀਂ ਉਧਣ ਦੀ ਜਾਣਦੀ ਆ, ਜਦੋਂ ਮੈਂ ਵਸਦੀ ਬਲਾਵੇ ਬਲਾਵੇ ਬਲਾਵੇ। ਮੈਂ ਬੜਾ ਸਮਝਾ ਸਮਝਾ ਕੇ ਪੜਦਾ ਦਈਆਂ ਅਲੀ ਦੀਆਂ ਰਾਜੀਆਂ ਮਨ ਸੈਦ ਆ ਤੁਹਾਡੇ ਪੁਰਸੇ ਕਮੂਲ ਫਰਮਾਵੇ, ਜਿਤਨੇ ਅਜ਼ਾਦਾਰ ਸ਼ਾਮਲ ਹੋ ਗਿਆ ਰੋਣ ਵਾਲੇ ਅਜ਼ਾਦਾਰ ਹੋ, ਜਿਸ ਨੇ ਗੱਲ ਸੁਣੀ ਆਦੀ ਆਈਆਂ ਤੋਂ ਹੱਲ ਸੀਰਾ ਮੈਂ ਨਹੀਂ ਭਲਾ ਦਿਨ ਅੰਤੁਮ ਨਾ ਕਹਿ ਦੇਣ ਦੱਸਾਂ ਕਿੱਥੋਂ ਦੀ ਵਸਦੀ ਹੈ। ਬੇਬੇ ਫਰਮਾਇਆ ਮੈਨੂੰ ਮਦੀਨਾ ਤੋਂ ਰਸੂਲ ਆਦੀਆਂ ਕਹਿ ਦੇਣ ਬੇਬੇ ਤੂੰ ਜੋ ਮਦੀਨੇ ਦੇ ਵਸਦੀ ਆ, ਘਰ ਨਾਰਾਜ਼ ਨਾ ਹੋਵੇ ਅਤਾਰਫੀਨਾ ਮੁਹੰਮਦ ਨੇਲ ਮੁਸਤਫਾ ਆਦੀਏ ਕਹਿ ਦੇਣ ਬੀਬੀ ਅਗਰ ਨਾਰਾਜ਼ ਨਾ ਹੋਵੇ ਤੜਾ ਸਾ ਸਕਦੀ ਹੈ ਮਦੀਨੇ ਵਾਲੇ ਮੁਹੰਮਦ ਨੂੰ ਜਾਣਦੀ ਹੈ। ਬੀਬੀ ਫਰਮਾਇਆ ਕਈ ਫਾਲਾਰ ਫੋਫਾ ਨਬੀ ਕਿਵੇਂ ਨਾ ਜਾਣਦੇ ਸਾਡਾ ਪਾਕ ਨਬੀ ਹੈ। ਮੈਂ ਸਦਕੇ ਹੋ ਜਾਵਾਂ ਯਾਰ, ਮੈਂ ਤਾਂ ਮਿਹਨਤ ਕਰ ਸਕਦਾ ਜਿਤਨੇ ਸ਼ਾਮਲ ਹੁੰਦੇ ਪਏ ਹੋ ਯਾਰ, ਅਲੀ ਦੀਆਂ ਦਹੀਆਂ ਰਾਜੀਆਂ ਮਨ ਹੁਸੈਨ ਦੀ ਮਾਂ ਰਾਜੀ ਹੋਏ, ਜਿਹੜੇ ਕਦਰਦਾਨ ਬੈਠੇ ਹੋ ਮਜ਼ਲੂਮ ਨੇ ਗੁਰਬਤ ਰੋਣ ਵਾਲੇ ਹੋ, ਆਦੀਆਂ ਤਾਰਫੀਨਾ ਅਲੀਬ ਨੇ ਅਬੀ ਤਾਲੇਬ ਆਦੀਆਂ ਕਹਿ ਦੇਣ ਬੀਬੀ ਦੱਸਾਂ ਮਦੀਨੇ ਵਾਲੇ ਅਲੀ ਨਾ ਜਾਣਦੀ ਹੈ। ਮੀਮੀਆਂ ਦੀ ਕਈ ਫਾਲਾਰ ਫੋਫਾ ਹੋਵਾ ਇਮਾਮੀ ਕਿਵੇਂ ਨਾ ਜਾਣਦੀ ਮੇਰਾ ਪਾਕ ਇਮਾਮ ਹੈ। ਮਰਹਬਾ ਬਈ ਕਮਾਲ ਰੋਹਾਨੀਅਤ ਯਾਰ, ਮੁਕਮਾਲ ਰੋਹਾਨੀਅਤ ਅਲੀ ਦੀਆਂ ਦਹੀਆਂ ਰਾਜੀਆਂ ਹੁਸੈਨ ਦੀ ਮਾਂ ਰਾਜੀ ਹੋਏ, ਜਿਹੜੇ ਕਦਰਦਾਨ ਬੈਠੇ ਹੋ ਮਜ਼ਲੂਮ ਦੇ ਗੁਰਬਤ ਰੋਣ ਵਾਲੇ ਹੋ, ਜਦਾਂ ਅਲੀ ਦਾ ਨਾਮ ਆਇਆ ਇਹਨੂੰ ਪਤਾ ਲੱਗਾ ਜੋ ਅਲੀ ਨੂੰ ਜਾਣਦੀ ਹੈ। ਆਦੀਏ ਕਹਿ ਦੇਣ ਬੀਬੀ ਜੇ ਤੂੰ ਅਲੀ ਨੂੰ ਹੀ ਜਾਣਦੀ ਹੈ ਵਜਦਸਾ ਤਾਰਫੀਨਾ ਸੈਯਦਾ ਸ਼ਬਾਬ ਅਹਲ ਜੰਨਾ ਆਦੀਏ ਕਹਿ ਦੇਣ ਬੀਬੀ ਦੱਸਾਂ ਮਦੀਨੇ ਵਾਲੇ ਹਸਨ ਹੁਸੈਨ ਨੂੰ ਜਾਣਦੀ ਹੈ। ਅਮਰਾਉਲ ਕੈਸੀ ਧੀ ਰੁਨੀਏ ਤੇ ਰੋ ਰੋ ਕੇ ਆਦੀਏ ਨਾਸਰਾ ਨਰਵਾ ਜਿਵੇਂ ਮੈਂ ਜਾਣਦੀ ਹਾਂ ਇੰਜ ਕੋਈ ਨਹੀਂ ਜਾਣਦਾ।
ਬੀਬੀ ਆਦੀ ਹਸਨ ਮੇਰਾ ਇਮਾਮ, ਹੁਸੈਨ ਮੇਰਾ ਸਰਦਾਰ, ਮਰਹਬਾ ਆਫਰੀਨ ਬਾਬਾ ਆਫਰੀਨ ਬਾਬਾ, ਲੀਦੀਆਂ ਦਈਆਂ ਰਾਜੀਆਂ ਮੈਂ ਮਦਲੋਂ ਦੇ ਗੁਰਬਤ ਰੋਣ ਵਾਲਿਆਂ, ਜਦੋਂ ਪਤਾ ਲੱਗਾ ਜੋ ਹਸਨ ਹੁਸੈਨ ਨੂੰ ਜਾਣਦੀ ਹੈ, ਆਦੀਏ ਕਹਿ ਦੇਣ ਬੀਬੀ ਜੇ ਤੂੰ ਹਸਨ ਹੁਸੈਨ ਨੂੰ ਜਾਣਦੀ ਹੈ, ਜੇ ਤੇਰੇ ਸਰਦਾਰ ਹੈ ਨਾ ਉਹ ਤਾਂ ਮੇਰੇ ਵੀ ਸਰਦਾਰ ਹੈ, ਕਹਿ ਦੇਣ ਬੀਬੀ ਅਗਰ ਕਿਸੇ ਸ਼ਹਿ ਦੀ ਲੋੜ ਹੈ ਤਾਂ ਮੰਗ ਲੈ, ਬੀਬੀ ਆਦੀ ਨਾਸਰਾ ਨਾ ਰਵਾ ਮੈਂ ਮੰਗਣ ਵਾਲੇ ਨੇ, ਬੀਬੀ ਆਦੇ ਜਦਾਂ ਵਸਦੀਆਂ ਕਾਇਨਾਤ ਸਾਡੇ ਬੂਹੇ ਤੇ ਸੁਗਦਿਆ, ਆਵਾਜ਼ ਆਉਂਦਾ ਮੈਂ ਬਾਦਸ਼ਾਹ ਦੀ ਧੀਆਂ ਬਾਦਸ਼ਾਹ ਦੀ ਨੌਆਂ, ਆਵਾਜ਼ ਆਉਂਦਾ ਨਸਰਾਵਾਂ ਮੈਂ ਬਾਦਸ਼ਾਹ ਦਾ ਹਰਮਾ, ਮਰਹਬਾ ਮਰਹਬਾ ਲੈ ਦੀਆਂ ਦਈਆਂ ਰਾਜੀ ਜੀ ਨੌਕਰ ਬਾਬਾ, ਮਤਲਬ ਨੇ ਗੁਰਬਤ ਰੋਣ ਵਾਲੇ, ਜਿਤਨੇ ਬੰਦੇ ਹੈਰਾਨ ਹੋ ਕੇ ਸੁਣਦੇ ਪਏ ਹੋ ਸਕਦੇ ਮਜ਼ਮੂਨ ਪਹਿਲੀ ਦਫ਼ਾ ਪੇ ਸੁਣਦੇ ਨੇ, ਹੋ ਸਕਦੇ ਜੁਮਲੇ ਸਮਝ ਨਾ ਆਉਂਦੇ ਪਏ ਹੋਵੇ, ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ। ਜਿਤਨੇ ਅਦਾਦਾਰ ਸ਼ਾਮਲ ਹੋ ਗਏ ਹੋ, ਜਿਤਨੇ ਅਦਾਦਾਰ ਕਦਰਦਾਨ ਬੈਠੇ ਹੋ, ਭਾਈ ਜਾਨ ਜਿਸ ਵੇਲੇ ਨਾਸਰਾ ਗੱਲ ਸੁਣੀ ਆਦੀ ਕਹਿ ਦੇਣ ਬੀਬੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਮੈਂ ਬਾਜ਼ਾਰ 'ਚ ਡਿੱਠਾ ਜਿੱਥੇ ਛਾਵਿਆ, ਤੁਸਾਂ ਛਾਂ ਛੋੜ ਕੇ ਦੋ ਪਾਲੇ ਪਾਸੇ ਕਿਉਂ ਵਹਿੰਦੇ ਆ, ਬੀਬੀ ਉੱਚਾ ਰੁਣੀ ਤੇ ਰੋ ਰੋ ਕੇ ਆਦੀਏ ਨਾ ਛਾਂ ਤੇ ਬਸ ਮੈਂ ਸਾਰੇ ਜ਼ਿੰਦਗੀ ਤੇ ਮੈਂ ਕਰਕੇ ਆਇਆ ਵਾਦਾ, ਮੈਂ ਧੁੱਪ ਤੇ ਤੜਫਦਾ ਆਇਆ ਦੇਖਿਆ ਸਦਾ ਪਾਕ ਜਨਾਦਾ, ਰੁਣੀਏ ਮੇਰੀ ਸੈਣ ਤੇ ਰੋ ਰੋ ਕੇ ਪਿਆ ਦੀਏ ਕੋਠਾ ਤਰੇ ਵਾਰੇ ਵਿੱਚ ਕਰ ਬਲਦ ਮੈਡਾ ਛੇ ਮਾਦਾ ਸ਼ਹਿਜ਼ਾਦਾ ਮੇਰੀ ਦੀ ਦੇਖ ਮਰਹਬਾ ਯਾ ਸੈਯਦਾ ਵਈ ਕਮਾਲ ਰੋਹਾਨੀਅਤ ਯਾਰ ਭਲਾ ਹੋਵੇ ਯਾਰ ਜਿਤਨੇ ਅਜ਼ਾਦਾਰ ਸ਼ਾਮਲ ਹੋ ਗਏ ਹੋ, ਮਜ਼ਲੂਮ ਨੇ ਗੁਰਬਤ ਰੋਣ ਵਾਲੇ ਆਦੀ ਕਹਿ ਦੇਣ ਬੀਬੀ ਤੂੰ ਜੋ ਮਦੀਨੇ ਵਾਲੇ ਸੈਦਾ ਨੂੰ ਮੰਨਣ ਵਾਲੀਏ ਆ ਉਹਨਾਂ ਦੀ ਮੁਰੀਦਣੀਏ ਐਡੇ ਜੋ ਔਖੇ ਵੇਲੇ ਆਏ ਨੇ, ਆਪਣੇ ਪੀਰਾਂ ਨੂੰ ਕਿਉਂ ਨਾ ਬੁਲਾਇਆ, ਬੀਬੀ ਆਦੀ ਏ ਨਾਸਰਾ ਹੋ ਸਕਦਾ ਤੇਰੇ ਪੀਰ ਇਸੇ ਬਾਜ਼ਾਰ, ਮਰਹਬਾ ਸ਼ਾਮਲ ਹੋਇਆ ਯਾਰ ਸ਼ਾਮਲ ਹੋਇਆ, ਮਤਲਬ ਨੇ ਗੁਰਬਤ ਰੋਣ ਵਾਲੇ ਅਜ਼ਾਦਾਰਾਂ ਜਿਸਲੇ ਬਾਜ਼ਾਰ ਦਾ ਨਾਮ ਆਇਆ ਨਾਸਰਾ ਦੀ ਕਹਿ ਦੇਣ ਬੀਬੀ ਅਲਮਾ ਨਾ ਖੁਜਾ ਨਿਜਸ ਮਹਾਲ ਖੁਜਾ ਮੇਰਾ ਮੁਰਸ਼ਦ ਹੁਸੈਨ, ਜਦੋਂ ਮੁਰਸ਼ਦ ਹੁਸੈਨ ਦਾ ਨਾਮ ਆਇਆ ਹੁਸੈਨ ਬਾਦਸ਼ਾਹ ਸਾਂਗ ਤੇ ਤਿਲਾਵਤ ਸ਼ੁਰੂ ਕੀਤੀ ਸ਼ਬੀਰਾ ਦਿਨ ਇੰਨਾ ਮਾ ਯਰੀਦੁੱਲਾ ਲਿਓ ਜ਼ਹਿਬਾ ਅਨਕਮ ਰੈਸਾ ਲਲਬੈ ਤੇ ਵਯੋ ਤਾਹਿਰਾ ਕਮ ਤਤਹੀਰਾ, ਆਏ ਤਾਂ ਮੁਕਦੀ ਗਈ ਹੈ ਹੈਰਾਨ ਹੋਈਏ ਆਦੀ ਕਹਿ ਦੇਣ ਬੀਬੀ ਨਾਰਾਜ਼ ਨਾ ਹੋਵੇ ਮੈਨੂੰ ਦੱਸਾ ਇੰਦਾ ਲਹਿਜਾ ਤਾਂ ਮੇਰੇ ਹੁਸੈਨ ਨਾਲ ਰਲਦਾ ਹੈ, ਸ਼ਾਮਲ ਹੋਇਆ ਆਖਰੀ ਵੇਣ ਪਿਆ ਕਰਦਾ ਮਜ਼ਲੂਮ ਦੀ ਗੁਰਬਤ ਰੋਣ ਵਾਲਿਓ, ਜਦਾਂ ਲਹਿਜੇ ਦਾ ਨਾਮ ਆਇਆ ਹੈ ਉਸਲੇ ਅਜ਼ਾਦਾਰੋ ਅਸਗਰ ਦੀ ਮਾਂ ਤੜਪ ਗਈ ਹੈ ਤੇ ਸਾਗ ਤਲੇ ਆ ਕੇ ਪਈਆ ਦੀ ਬਸ ਲਹਿਜਾ ਨਹੀਂ ਉਹ ਤੇਰੇ ਪੀਰ ਵਾਲਾ ਨੇ ਵਦਾ ਪੜਦਈ ਭੈਣ ਦੇ ਪਰਦੇ ਕੀਤੇ ਵਲ ਵਲਾ
ਆਇਤ ਤਤਹੇਰ ਰੋ ਰੋ ਕੇ ਪਿਆਦੀ ਬਾਜ਼ਾਰ ਚਿਆਲੀਆ